ਨਾਰਮਲੀ ਕੁਐਸਚਨ ਹੁੰਦਾ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਾਰੇ ਮੈਂ ਦੱਸ ਚੁੱਕਾ ਸੀ ਗੁਨਾਣਕ ਦੇ ਵੀ ਯੂਨੀਵਰਸਿਟੀ ਅੰਮ੍ਰਿਤਸਰ ਦੇ ਐਡੀਸ਼ਨਲ ਪੇਪਰ ਦੇ ਫਾਰਮ ਫਿਲ ਕਰਨ ਦੀ ਡੇਟ ਕੀ ਹੈ ਉਹ ਲਾਸਟ ਫਾਰਮ ਫਿਲ ਕਰਨੇ ਸ਼ੁਰੂ ਹੋ ਚੁੱਕੇ ਨੇ ਲਾਸਟ ਡੇਟ 7th ਅਕਤੂਬਰ ਹੈ ਔਰ ਬੀਏ ਦੇ ਐਡੀਸ਼ਨਲ ਪੇਪਰ ਦੀ ਫੀਸ ਜੋ ਲਗਭਗ 4000 ਹੈ ਔਰ ਬੀਐਡ ਦੇ ਐਡੀਸ਼ਨਲ ਪੇਪਰ ਦੀ 62 100 ਹੈ ਕਿਉਂਕਿ बीए ਦਾ ਪ੍ਰੈਕਟੀਕਲ ਪੇਪਰ ਹੁੰਦਾ ਹੈ ਇਸ ਲਈ ਤੁਹਾਨੂੰ ਪਹਿਲਾਂ ਕਾਲਜ ਵਿੱਚ ਐਡਮਿਸ਼ਨ ਲੈਣੀ ਪੈਂਦੀ ਹੈ ਇਹ ਗੱਲ ਯਾਦ ਰੱਖਣੀ ਹੈ बीए ਦਾ ਪ੍ਰੈਕਟੀਕਲ ਨਹੀਂ ਫਾਰ ਇਗਜ਼ਾਮਪਲ ਤੁਸੀਂ ਪੋਲਿਟੀਕਲ ਸਾਇੰਸ ਹਿਸਟਰੀ ਪੰਜਾਬੀ ਇੰਗਲਿਸ਼ ਦੇਣਾ ਹੈ ਇਹਦਾ ਕੋਈ ਪ੍ਰੈਕਟੀਕਲ ਨਹੀਂ ਹੁੰਦਾ ਸਿੱਧੇ ਥਿਊਰੀ ਪੇਪਰ ਨੇ ਔਰ ਇਹ ਪੇਪਰ ਤੁਹਾਡੇ ਦੋ ਸੈਮ ਵਿੱਚ ਹੋ ਜਾਂਦੇ ਨੇ ਫਸਟ 3 ਫਿਫਥ ਸੈਮ ਦੇ ਇੱਕ ਸੈਮ ਵਿੱਚ ਪੇਪਰ ਹੋ ਜਾਂਦੇ ਆ ਔਰ ਇਹ ਸੈਕੰਡ 4th 6th ਸੈਮ ਦੇ ਅ ਦੂਜੇ ਸੈਮੇਸਟਰ ਚ ਪੇਪਰ ਹੋਣੇ ਆ ਤੁਸੀਂ ਬੀਐਡ ਕਰਨ ਦੇ ਨਾਲ ਨਾਲ ਵੀ ਇਹ ਪੇਪਰ ਦੇ ਸਕਦੇ ਹੋ ਗ੍ਰੈਜੂਏਸ਼ਨ ਦੇ ਐਲੀਜੀਬਿਲਟੀ ਨੂੰ ਪੂਰਾ ਕਰਨ ਲਈ ਜੇ ਬੀਐਡ ਦਾ ਐਡੀਸ਼ਨਲ ਪੇਪਰ ਦੇਣਾ ਹੈ ਉਸ ਸੈਮੇਸਟਰ ਸਿਸਟਮ ਦੀ ਇਹ ਵੀ ਮੈਂ ਸੈਮੇਸਟਰ ਸਿਸਟਮ ਦੀ ਦਸੀਆ ਐਨੂਅਲ ਸਿਸਟਮ ਦਾ ਅੱਗੇ ਜਾ ਕੇ ਆਂਦਾ ਹੈ ਹਜੇ ਫਾਰਮ ਨਹੀਂ ਉਹਦੇ ਆਏ ਸੋ ਕਾਲਜ ਐਡਮਿਸ਼ਨ ਲੈਣੀ ਹੈ ਕਾਲਜ ਵਾਲੇ ਨਾਰਮਲੀ ਚਾਰਜਸ 바ਰਗੇਨਿੰਗ ਕਰਦੇ ਨੇ 15000 ਵੀ ਲੈ ਲੈਂਦੇ ਆ 10000 ਵੀ ਲੈ ਲੈਂਦੇ 5000 ਵਾਲੀ ਕਾਲਜ ਵੀ ਨੇ ਮੇਰੇ ਖਿਆਲ ਸੇ ਜਿੱਦਾਂ ਇਨੋਸੈਂਟ ਹਾਰਟਸ ਕਾਲਜ ਹੈ ਉਹ ਬਹੁਤ ਕਟਰ ਰੇਟ ਤੇ ਕਰ ਦਿੰਦਾ ਹੈ ਹੋਰ ਕਾਲਜ ਵੀ ਇਸ ਤਰ੍ਹਾਂ ਦੇ ਨੇ ਉਥੇ ਐਡਮਿਸ਼ਨ ਲੈਣ ਤੋਂ ਬਾਅਦ ਫਿਰ ਯੂਨੀਵਰਸਿਟੀ ਤੁਹਾਡੇ ਉਹੀ ਫਾਰਮ ਜਮ੍ਹਾਂ ਹੁੰਦਾ ਹੈ ਨਾਲ ਇਨੀ ਫੀਸ ਅਲੱਗ ਹੋਰ ਲੱਗਦੀ ਹੈ ਫਾਇਦਾ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਕਿ ਪਹਿਲਾ ਸੈਮ ਤੇ ਤੀਜਾ ਸੈਮ ਇਹਦੇ ਇਕੱਠੇ ਇੱਕ ਸੈਮ ਜੀ ਪੇਪਰ ਹੋ ਜਾਂਦੇ ਹੋ ਸੈਕੰਡ ਸੈਮ ਇਹ ਇੱਕ ਸਾਲ ਚ ਤੁਹਾਡਾ ਬੀਏ ਦਾ ਐਡੀਸ਼ਨਲ ਪੂਰਾ ਹੋ ਜਾਂਦਾ ਹੈ ਦੂਸਰੀ ਯੂਨੀਵਰਸਿਟੀ ਵਿੱਚ ਤੁਹਾਨੂੰ ਇਹ ਡੇਢ ਸਾਲ ਲੱਗ ਜਾਂਦਾ ਹੈ ਡੇਢ ਦਾ ਮਤਲਬ ਹੈ ਫਿਰ 2 ਸਾਲ ਲੱਗ ਜਾਂਦੇ ਆ ਸੋ ਗੁਰਨਾਣਕ ਦੇਵ ਯੂਨੀਵਰਸਿਟੀ ਦੀ ਹੋਰ ਜਿਹੜੀ ਲਿਮਿਟੇਸ਼ਨ ਜਾਂ ਖੂਬੀ ਦੋਨੇ ਕੀ ਨੇ ਕਿ ਜੇ ਅਦਰ ਯੂਨੀਵਰਸਿਟੀ ਤੋਂ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਤਾਂ ਕੀ ਤੁਸੀਂ ਪੇਪਰ ਦੇ ਸਕਦੇ ਹੋ ਇੱਥੇ ਐਡੀਸ਼ਨਲ ਪੇਪਰ ਪੰਜਾਬੀ ਸਿਰਫ ਇਲੈਕਟਿਵ ਪੰਜਾਬੀ ਦੇ ਸਕਦੇ ਬਾਕੀ ਕੋਈ ਨਹੀਂ ਦੇ ਸਕਦੇ ਲੇਕਿਨ ਇੱਕ ਕੰਡੀਸ਼ਨ ਹੈ ਕਿ ਜੇ ਤੁਸੀਂ ਇਸ ਯੂਨੀਵਰਸਿਟੀ ਚੋਂ ਗੁਰਨਾਣਕ ਦੇਵ ਯੂਨੀਵਰਸਿਟੀ ਚੋਂ ਕੋਈ ਹੋਰ ਕੋਰਸ ਕੀਤਾ ਹੈ ਫਾਰ ਇਗਜ਼ਾਮਪਲ ਗ੍ਰੈਜੂਏਸ਼ਨ ਤੁਸੀਂ ਪਟਿਆਲਾ ਤੋਂ ਜਾਂ ਪੰਜਾਬ ਤੋਂ ਕੀਤੀ ਹੈ لیکن پوسٹ گریجوی اشن ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੀਤੀ ਹੈ ਜਾਂ ਪਹਿਲਾਂ ਕੋਈ ਕੋਰਸ ਕੀਤਾ ਹੋਇਆ ਹੈ ਫਿਰ ਤੁਸੀਂ ਇਸ ਯੂਨੀਵਰਸਿਟੀ ਤੋਂ ਆ ਕੇ ਦੁਬਾਰਾ ਕੋਈ ਵੀ ਐਡੀਸ਼ਨਲ ਪੇਪਰ ਦੇ ਸਕਦੇ ਹੋ ਮੈਂ ਦੱਸ ਦਿਆਂ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਉਹ ਸਿਰਫ ਲੈਂਗੁਏਜਸ ਨੂੰ ਐਡੀਸ਼ਨਲ ਪੇਪਰ ਕਰਵਾਉਂਦੀ ਹੈ ਲੇਕਿਨ ਉਹਦੀ ਖੂਬੀ ਹੈ ਕਿ ਉਹ ਸਾਰੇ ਇੰਡੀਆ ਨੂੰ ਇਨਵਾਈਟ ਕਰਦੀ ਹੈ ਕਿਤੇ ਵੀ ਤੁਸੀਂ ਹੈ ਤੇ ਉਹ ਉੱਥੇ ਐਡੀਸ਼ਨਲ ਦੇ ਸਕਦੇ ਹੋ ਇਹਨਾਂ ਦੀ ਖੂਬੀ ਤੇ ਲਿਮਿਟੇਸ਼ਨ ਹੈ ਕਿ ਪੰਜਾਬ ਦੀਆਂ ਯੂਨੀਵਰਸਟੀਆਂ ਨੂੰ ਹੀ ਜ਼ਿਆਦਾ ਪ੍ਰੈਫਰ ਕਰਦੇ ਨੇ ਔਰ ਸਬਜੈਕਟ ਨਾਨ ਪ੍ਰੈਕਟੀਕਲ ਸਾਰੇ ਹੀ ਕਰਾਉਂਦੇ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਇਸ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਂਗੂ ਆ ਥੋੜੀ ਜੀ ਇਹਨਾਂ ਦੀ ਲਿਮਿਟੇਸ਼ਨ ਹੈ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੁਸੀਂ ਹੋਰ ਕਿਸੇ ਇਵਨ ਪੀਟੀਯੂ ਤੋਂ ਵੀ ਗ੍ਰੈਜੂਏਸ਼ਨ ਕੀਤੀ ਹੈ ਤਾਂ ਵੀ ਐਡੀਸ਼ਨਲ ਪੇਪਰ ਕਰਵਾ ਦਿੰਦੀ ਹੈ ਇਸ ਰਿਗਾਰਡਿੰਗ ਕੋਈ ਹੋਰ ਕੁਐਸਚਨ ਹੋਵੇ ਤਾਂ ਪੁੱਛ ਸਕਦੇ ਹੋ ਐਡੀਸ਼ਨਲ ਪੇਪਰ ਦੇ ਰਿਗਾਰਡਿੰਗ ਇਹ ਤਾਜੀ ਸੂਚਨਾ ਸੀ ਸ਼ੇਅਰ ਕਰਿਆ ਥੈਂਕ ਯੂ